कैनेडा गई लड़की नाल वापरिया वड्डा हादसा। एक महीना पहला ही गई सी कैनेडा। रेल कार हादसे दे विच 18 साला जशनप्रीत कौर की मौत। परिवार का रो रो के होया बुरा हाल। एक महीना पहला जदों 18 साल जशनप्रीत नूं परिवार ने कैनेडा भेजा सी तां कदे नहीं सोचिया होना कि मुड़ के उन्हां नूं जशनप्रीत कदे नहीं मिलेगी। करीब एक महीना पहला पढ़न दे लई पिंड रानीवाला दी जशनप्रीत कौर कैनेडा गई सी, जिसकी हुण रेल ते कार हादसे दे विच मौत हो गई। कैनेडा दे विच रेल कार हादसा वापरिया, जिस दौरान जशनप्रीत की मौत के नाल नाल होर भी कई गंभीर रूप दे विच जख्मी हुए ने। मृतका की चचेरी भैन पालमप्रीत कौर इस हादसे दे विच गंभीर रूप दे विच जख्मी हुई है। इस दौरान कार का ड्राइवर जो कि पटियाले दे नाल संबंध रखता है, वह भी इस हादसे दे विच जख्मी होया है। पूरे परिवार का रो रो के बुरा हाल है। भारत सरकार के अगे जशनप्रीत की मृतक देह नूं भारत मंगाउण की अपील की जा रही है। एक महीना 17 दिन हो गए सी जी मुड़िया नूं गई नूं। अच्छा जी। तो ये जा रहे सी उत्थे ट्रेन नाल एक्सीडेंट होया जी, जिहड़ा पंज बच्चे सी अपने इक दीप सिंह वाले दी गुड़िया जिहड़ी जिहदी डैथ होई है। अच्छा। एक अपने ब्रदर दी गुड़िया सी। अच्छा जी। जिहदी मतलब जिहड़ी इंजर्ड है जिहड़ी दाखल है जी उत्थे हॉस्पिटल। इहदी हॉस्पिटल जाके मौत होई है। अच्छा। ਸਾਡੇ ਵਾਸਤੇ ਬਹੁਤ ਅਫਸੋਸ ਵਾਲੀ ਗੱਲ ਹੈ ਜੀ। ਮੇਰੀ ਇੱਕੋ ਇੱਕ ਗੁੜੀਆ ਸੀ, ਬੇਟੀ ਸੀ। ਠੀਕ ਹੈ। ਹੋਰ ਕੋਈ ਬੱਚਾ ਨਹੀਂ ਜੀ, ਮੇਰੀ ਬੇਟੀ ਬੇਟੀ ਸੀ ਪਹਿਲਾਂ। ਠੀਕ ਹੈ। ਹਾਂ, 18.5 ਸਾਲ ਦੀ ਉਮਰ ਸੀ ਅੱਜ। ਠੀਕ ਹੈ ਜੀ। ਪਰ ਉਹ ਮਤਲਬ ਨਹੀਂ ਰਹੀ। ਸਾਡੇ ਵਾਸਤੇ ਬੜੀ ਅਫਸੋਸ ਵਾਲੀ ਗੱਲ ਹੈ। ਡੈਡ ਬਾਡੀ ਮਤਲਬ ਜਿਹੜੀ ਡੈਡ ਬਾਡੀ ਅਸੀਂ ਪ੍ਰੋਸੀਜਰ ਸ਼ੁਰੂ ਕੀਤਾ ਜੀ ਲਿਆਉਣ ਵਾਸਤੇ ਚਲੋ ਮਤਲਬ ਭਾਰਤ ਸਰਕਾਰ ਵੀ ਸਾਡੀ ਮਦਦ ਕਰੇ ਜੇ ਛੇਤੀ ਆ ਸਕੇ। ਹੋਰ ਵੀ ਉੱਥੇ ਸੰਸਥਾਵਾਂ ਨੇ ਸਾਨੂੰ ਮਤਲਬ ਦਿੱਤਾ, ਭਰੋਸਾ ਦਿੱਤਾ ਵੀ ਅਸੀਂ ਡੈੱਡ ਬੋਡੀ ਤੁਹਾਡੀ ਭੇਜਣ ਦੀ ਕੋਸ਼ਿਸ਼ ਕਰਾਂਗੇ। ਸਾਡੀ ਸਰਕਾਰ ਬੇਨਤੀ ਆ ਕਿ ਸਾਡੀ ਮਦਦ ਕੀਤੀ ਜਾਵੇ ਡੈੱਡ ਬੋਡੀ ਦਾ। ਅਸੀਂ ਇੱਥੇ ਲਿਆ ਕੇ ਸੰਸਕਾਰ ਕਰਨਾ ਚਾਹੁੰਦੇ, ਮਿਹਨਤ ਕਰਨਾ ਭਾਰਤ ਸਰਕਾਰ ਅੱਗੇ। ਮੇਰੀ ਜਿਹੜੀ ਪੋਤਰੀ ਦੀ ਉੱਧਰ ਡੈਥ ਹੋ ਗਈ ਆ, ਅਤੇ ਉਹਦੀ ਡੈਡ ਬਾਡੀ ਛੇਤੀ ਇੱਧਰ ਲਿਆਉਂਦੀ ਜਾਵੇ, ਕਿਉਂ ਸਾਡੇ ਜਿਹੜੇ ਜੀ ਨੇ ਬਹੁਤ ਉਸ ਵਿਔਕਲ ਨੇ ਕਿ ਕਦੋਂ ਅਸੀਂ ਉਹ ਆਪਦੀ ਲੜਕੀ ਆਈ ਸਾਡੀ ਗੁੜੀਆ ਆਈ ਤਾਂ ਉਹਦਾ ਅਸੀਂ ਮੂੰਹ ਵੇਖ ਕੇ ਚੱਲ ਉਹਦਾ ਸੰਸਕਾਰ ਇੱਥੇ ਕਰੀਏ, ਤੁਹਾਡੇ ਸਾਹਮਣੇ ਉਹਦਾ ਸੰਸਕਾਰ ਹੋ ਗਏ। ਅਤੇ ਸਾਡੀ ਸਰਕਾਰ ਵੱਲੋਂ ਵੀ ਬਹੁਤ ਹੱਥ ਜੋੜ ਕੇ, ਸਾਡੇ ਵੱਲੋਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਡੀ ਡੈਡ ਬਾਡੀ ਦੀ ਛੇਤੀ ਤੋਂ ਛੇਤੀ ਮੰਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਜਸ਼ਨਪ੍ਰੀਤ ਦੀ ਮ੍ਰਿਤਕ ਦੇਹ ਉਹਨਾਂ ਦੇ ਪਰਿਵਾਰ ਨੂੰ ਮਿਲੇਗੀ, ਤਾਂ ਜੋ ਉਹ ਆਪਣੀ 18 ਸਾਲਾ ਧੀ ਦੀ ਅੰਤਿਮ ਕਿਰਿਆ ਪੂਰੀ ਕਰ ਸਕਣ। ਸ਼੍ਰੀ ਮੁਕਤਸਰ ਸਾਹਿਬ ਤੋਂ ਇਸ਼ਫਾਕ ਟੋਡੀ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕੋਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।